ਤੇਰੇ ਸ਼ਹਿਰ ਦੇਆਂ ਲੋਕਾਂ ਨੂੰ ਹੋ ਗਿਆ ਸਾਡੇ ਨਾਲ ਪਿਆਰ ਦੇ ਲਈਏ ਤੇਰੇ ਸ਼ਹਿਰ ਦੇਆਂ ਲੋਕਾਂ ਨੂੰ ਹੋ ਗਿਆ ਸਾਡੇ ਨਾਲ ਪਿਆਰ ਦੇ ਲਈਏ ਅਸੀਂ ਮੰਗਦੇ ਆਂ ਪਲਾ ਸਰਬਤ ਦਾ ਅਸੀਂ ਮੰਗਦੇ ਆਂ ਪਲਾ ਸਰਬਤ ਦਾ ਸਾਨੂੰ ਐਵੇਂ ਤਾਂ ਨਹੀਂ ਕਹਿੰਦੇ ਸਰਦਾਰ ਦੇ ਲਈਏ ਸਾਨੂੰ ਐਵੇਂ ਤਾਂ ਨਹੀਂ ਕਹਿੰਦੇ ਸਰਦਾਰ ਦੇ ਲਈਏ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਫੇਰ ਆਪ ਆਏ ਹੋਇਆ ਖੇਤੀ ਤੇ ਇਹ ਆਪਣੇ ਉਹਰੇ ਖੇਤ ਕੀ ਸਬਜ਼ੀ ਵਾਲੇ ਬੂਟੇ ਲਾਏ ਹੋਏ ਨੇਗੇ ਤੇ ਸਾਨੂੰ ਨਾਲ ਸਾਰੇ ਬੂਟੇ ਦਿਖਾਉਣੇ ਆਗੇ ਤੇ ਨਾਲੇ ਆਪਾਂ ਉਹਨਾਂ 'ਚ ਪਾਣੀ ਪਾਉਣੇ ਆਗੇ ਅੰਦਰੋਂ ਆਪਾਂ ਬਾल्टी ਚੱਕ ਲਈਏ ਤੇ ਸਾਨੂੰ ਸਾਰੇ ਦਿਖਾਵਾਂਗੇ ਬੂਟੇ ਨਾਲ ਆਪਾਂ ਖੇਲ 'ਚ ਪਾਣੀ ਰੱਖਿਆ ਹੋਊ ਗਰਮੀ ਦਾ ਟਾਈਮ ਆਈ ਸਾਰੇ ਰੱਖਿਆ ਕਰੋ ਇਹ ਪਾਣੀ ਤੇ ਆਪਾਂ ਪਾਣੀ ਪਾਉਣੇ ਹੀ ਇਹ ਟਿੰਡੋਂ ਲਾਈਆਂ ਹੋਈਆਂ ਨੇ ਉਹਰੇ ਤੇ ਆਪਾਂ ਪਹਿਲਾਂ ਇਹਨਾਂ 'ਚ ਪਾਉਣੇ ਪਾਣੀ ਇਹ ਟਮਾਟਰਾਂ ਵਿੱਚ ਪਾਉਣੇ ਆਪਾਂ ਹੀ ਪਾਣੀ ਤੇ ਲੱਗਣਗੇ ਹੂ ਟਮਾਟਰ ਜਾਇਆ ਜੇ ਖੜੇ ਬੂਟੇ ਇਹ ਇਹ ਬਤਾਊਆਂ ਦਾ ਬੂਟਾ ਲਾਇਆ ਹੋਈ ਓਰੇ ਬਤਾਊ ਲੱਗ ਵੀ ਰਹੇ ਨੇਗੇ ਤੇ ਇਹ ਚ ਪਾਉਣੇ ਪਾਣੀ ਆਪਾਂ ਸਿਕਾ ਲੱਗੀ ਹੋਈ ਹੈ ਕਦੂਆਂ ਦੀ ਵੇਲ ਤੇ ਆਪਾਂ ਇੱਜੀ ਪਾਉਣੇ ਆਗੇ ਪਾਣੀ ਤੇ ਲੱਗਣਗੇ ਕਦੂ ਖਵਾਉਣਗੇ ਹੀ ਇਹ ਸਾਨੂੰ ਤੇ ਫਿਰ ਸਾਨੂੰ ਦਖਾਵਾ ਕਿ ਕੱਦੂ ਕਰਕੇ ਲੱਗਣਗੇ ਹਜੇ ਤਾਂ ਛੋਟੀਆਂ-ਛੋਟੀਆਂ ਹੀ ਨੇ ਬੇਲਾਂ ਜਿਆਦੇ ਵੱਡੀਆਂ ਨਹੀਂ ਹੈਗੀਆਂ ਤੇ ਪਿੱਛੇ ਆਪਣੀ ਟਟਰੀਆਂ ਰੋਲਾ ਪਾਈ ਜਾਂਦੀਆਂ ਨਹੀਂ ਆ ਤੇ ਇੱਥੇ ਮੈਂ ਇਹਨਾਂ ਦੇ ਅੰਡੇ ਦਿੱਤੇ ਹੋਏ ਨੇਗੇ ਤੇ ਆਪਾਂ ਲਵੇ ਜਾ ਕੇ ਦੇਖਦੇ ਆਂਗੇ ਕੋਈ ਸੱਪ-ਸੁੱਪ ਤਾਂ ਨਹੀਂ ਹੈ ਕਿਤੇ ਆਹ ਰੋਲਾ ਪਾਉਣ ਲੱਗ ਗਈ ਆ ਆ ਚਲ ਨੂੰ ਲਵੇ ਆ ਕੇ ਦਿਖਾਉਣੇ ਆਂਗੇ ਇੱਥੇ ਮੈਂ ਇਹਨਾਂ ਦੇ ਅੰਡੇ ਐਂ ਆਪਾਂ ਬੱਚੇ ਵੀ ਹੋਣ ਹੀ ਆਹ ਦੇਖੋ ਮੁਹਲਾ ਮੇਰੇ ਠੂੰਗਾ ਨਾ ਮਾਰ ਲੱਗਿਆ ਨੇ ਆਹ ਕਿਹਨ ਫਿਰਦੀਆਂ ਨੇ ਜੀ ਸੁਣ ਤਾਂ ਟੀਰੀ ਦੇ ਬੱਚੇ ਦਿਖਾਉਣਾ ਗਈ ਆ ਜਮੀ ਦੇਖੋ ਮਿੱਟੀ ਦੇ ਨਾਲ ਮਿਲ ਰਹੇ ਨੇਗੇ ਤੇ ਬਸ ਹੀ ਦੇਖ ਸਕਦੇ ਹੋ ਆ ਬੈਠੇ ਛੋਟੇ ਛੋਟੇ ਨੇ ਆ ਤਿੰਨੇ ਨੇਗੇ ਇਹ ਮੈਨੂੰ ਡਰ ਲੱਗ ਲੱਗ ਰਹੇ ਨੇ ਉਹ ਠੂੰਗਾ ਨਾ ਮਾਰ ਲੱਗਿਆ ਨਹੀਂ ਕਿਤੇ ਠੂੰਗਾ ਮਾਰ ਲੱਗ ਜਾਂਦੀਆਂ ਨੇ ਆ ਆ ਦੇਖੋ ਜੀ ਛੋਟੇ ਛੋਟੇ ਬੱਚੇ ਨੇਗੇ ਕਿੰਨੇ ਸੋਹਣੇ ਨੇਗੇ ਤੇ ਇਹ ਆਪਦੇ ਬੱਚਿਆਂ ਵਾਸਤੇ ਕਿੰਨਾ ਤੜਫਾਂ ਲੱਗ ਰਹੀਆਂ ਇਹ ਦੇਖੋ ਰੌਲਾ ਪਾ ਰ ਖੇਡਣ ਨੇ ਆਪਾਂ ਦੂਰ ਚਲੇ ਜਾਂਦੇ ਇਹਨਾਂ ਨੂੰ ਕਾਨੂੰ ਪਰੇਸ਼ਾਨ ਕਰਨਾ ਹੈਗਾ ਤੇ ਹਜੇ ਤੱਕ ਤਾਂ ਨਹੀਂ ਮੈਨੂੰ ਕੁਝ ਕਿਹਾ ਹੈਗਾ ਇਹਨਾਂ ਨੇ ਪਰ ਰੌਲਾ ਦੇਖੋ ਕਿੰਨਾ ਪਾ ਰੀਆ ਨੇ ਆਪਦੇ ਬੱਚਿਆਂ ਵਾਸਤੇ ਕਿੰਨਾ ਤੜਫਾਂ ਲੱਗ ਰਹੀਆਂ ਨੇ ਇਹ ਕਿ ਕੋਈ ਉਹਨਾਂ ਦੇ ਲਵੇ ਜਾ ਰਿਹਾ ਹੈਗਾ ਤੇ ਤੁਹਾਨੂੰ ਦਿਖਾਇਆ ਗਿਆ ਜੀ ਹੁਣ ਕਿੰਨੇ ਸੋਹਣੇ ਜੇ ਬੱਚੇ ਧੀ ਗਏ ਇਹਨਾਂ ਦੇ ਐਂ ਬਸ ਮਿੱਟੀ ਦੇ ਨਾਲ ਐ ਚਿਪੇ ਬੈਠੇ ਨੇ ਜੀ ਛੋਟੇ ਛੋਟੇ ਜਿਹੇ ਨੇਗੇ ਸੁੰਦੇ ਟਟੀਆਂ ਲਵੇ ਲੈ ਕੇ ਗਿਆ ਸੀ ਉਦੋਂ ਉੱਡਾਂ ਲੱਗੀਆਂ ਤੀਆਂ ਹੀ ਇਹ ਤੇ ਮੈਂ ਹੁਣ ਪਰਾਂ ਆ ਗਿਆ ਇੱਧਰ ਕੋਠੇ ਲਵੇ ਆ ਗਿਆ ਤੇ ਹੁਣ ਬੈਗੀਆਂ ਦੇਖੋ ਕਿੰਨਾ ਪੈਰੇ ਤੇ ਬੈਠੀਆਂ ਨੇ ਇੱਕ ਤਾਂ ਇੱਥੇ ਬੈਠੀ ਐ ਇਹ ਬਾਹਾਂ ਚ ਇੱਕ ਉਹ ਪਰਾਂ ਬੱਟ ਤੇ ਬੈਠੀ ਐ ਤੇ ਇੱਕ ਉਹ ਦੂਜੇ ਬਾਹਾਂ ਚ ਬੈਠੀ ਐ ਜਿੱਥੇ ਪਾਣੀ ਨਹੀਂ ਲਾਇਆ ਹੋਇਆ ਹੈਗਾ ਤੇ ਉਹ ਜਿਹੜੇ ਬੱਚੇ ਨੇ ਕੋਨਾ ਲਾਇਆ ਬਾਗੀ ਟਟਿਰੀ ਤੇ ਕਿਵੇਂ ਪੈਰੇ ਤੇ ਬੈਠੀਆਂ ਨੇ ਚਾਰੇ ਪਾਸਿਆਂ ਖਿੰਡ ਕੇ ਬੈਠੀਆਂ ਨੇ ਇਹ ਉਹ ਕਿੰਨਾ ਪਿਆਰ ਹੈ ਇਹਨਾਂ ਨੂੰ ਉਹਦੇ ਬੱਚਿਆਂ ਪ੍ਰਤੀ ਤੇ ਜਿਵੇਂ ਆਪਣੇ ਮਾਪੇ ਆਪਾਂ ਸਾਰਿਆਂ ਨੂੰ ਇੰਨਾ ਪਿਆਰ ਕਰਦੇ ਨੇਗੇ ਓਵੇਂ ਕਿੰਨਾ ਕੀ ਹੈ ਪੈਰੇ ਤੇ ਬੈਠੀਆਂ ਨੇ ਜਿਵੇਂ ਕਿ ਇਹਨਾਂ ਦਾ ਸਾਰਾ ਕੁਝ ਹੀ ਖਜ਼ਾਨਾ ਉਹ ਆਗਾ ਆਲੇ-ਦਾਲੇ ਪੈਰੇ ਤੇ ਬੈਠੀ ਆ ਨੇ ਦੇਖ ਰਿਆ ਨੇ ਕੋਈ ਆਉਂਦਾ ਤਾਂ ਨਹੀਂ ਹੈਗਾ ਜਦ ਕੋਈ ਵੀ ਕੋਈ ਵੀ ਚੀਜ਼ ਮੈਂ ਮੋਟਰਸਾਈਕਲ ਤੇ ਆਇਆ ਸੀ ਉਹਦੀ ਰੋਲਾ ਪਾਉਣ ਲੱਗਿਆ ਸੀ ਉੱਚੀ-ਉੱਚੀ ਕੀ ਕੋਈ ਚੀਜ਼ ਇਹਨਾਂ ਨੂੰ ਐ ਕਿ ਕੀ ਖਾਤਰੇ ਵਾਲੀ ਲੱਗੀ ਕਿ ਕੋਈ ਗਲਤ ਚੀਜ਼ ਆ ਗਈ ਲਵੇ ਉਹ ਫਿਰ ਫਿਰ ਉੱਡ ਲੀਆਂ ਉਹ ਦੇਖੋ ਜੀ ਐ ਸਾਨੂੰ ਸਹਾਈਂ ਦੀਆਂ ਹੁਣ ਕਿ ਛੋਟੀਆਂ ਵਾਲੀਆਂ ਨਹੀਂ ਆ ਆ ਆ ਗਈਆਂ ਆ ਦੇਖੋ ਜੀ ਆ ਫਿਰਦੀਆਂ ਨੇ ਰੋਲਾ ਪਾਉਂਦੀਆਂ ਉਹ ਕੁੱਤੇ ਦੇ ਉਹ ਦੇਖੋ ਜੀ ਉਹ ਕੁੱਤਾ ਇਹਨਾਂ ਦੇ ਬੱਚਾ ਲੈ ਕੇ ਭਾਗੇ ਸੀ ਉਹਦੇ ਠੁੰਗਾ ਮਾਰ ਲੱਗ ਰਹੀਆਂ ਨੇ ਦੇਖੋ ਜੀ ਉਹ ਭਜਾਤਾ ਕੁੱਤਾ ਦੂਰੀ ਅੱਲਾ ਮੈਂ ਭਜਾਉਣ ਲੱਗਿਆ ਜੀ ਫਿਰ ਮੈਂ ਦੇਖਣ ਲੱਗਿਆ ਉਹ ਭਜਾਤਾ ਦੇਖੋ ਜੀ ਲਵੇ ਨਹੀਂ ਲੱਗਣ ਦਿੰਦੀ ਹੈ ਗਈਆਂ ਇਹ ਤਾਂ ਇਹਨਾਂ ਨੇ ਠੁੰਗਾ ਮਾਰ ਲੱਗਿਆ ਇਹ ਕੁੱਤੇ ਦੇ ਮੈਂ ਬਚ ਗਿਆ ਮੇਰੇ ਨਹੀਂ ਮਾਰੀਆਂ ਹੈਗੀਆਂ ਭਜਾਤਾ ਕੁੱਤਾ ਸੁਣੋ ਇੱਕ ਦੇਸੀ ਫਲ ਦਾ ਬੂਟਾ ਦਿਖਾਉਣੇ ਆਂਗੇ ਇਹ ਜੇ ਕਿਸੇ ਨੇ ਖਾਦੇ ਨੇ ਇਹ ਇਹਦਾ ਨਾਮ ਹੈ ਪੰਭੋਲਾ ਇਹ ਤੁਸੀਂ ਕਮੈਂਟਾਂ 'ਚ ਦੱਸਿਓ ਕਿਨੇ ਕਿਨੇ ਖਾਦੇ ਨੇਗੇ ਤੇ ਆਪਾਂ ਲੈ ਕੇ ਚੱਲਦੇ ਆ ਖਾਣੇ ਆ ਵਧੀਆ ਸਵਾਦ ਹੁੰਦੇ ਨੇਗੇ ਮੈਂ ਖੇਤ ਆਣਾ ਹੁੰਦਾ ਹੈ ਖਾਣਾ ਹੁੰਦਾ ਹੈ ਤੇ ਜਿਨੇ ਜਿਨੇ ਖਾਦੇ ਨੇ ਕਮੈਂਟਾਂ 'ਚ ਦੱਸਿਓ ਕਿਹੋ ਜਿਹਾ ਟੇਸਟ ਹੁੰਦਾ ਹੈਗਾ ਮੈਂ ਤਾਂ ਖਾਦੇ ਨੇ ਮੈਨੂੰ ਪਤਾ ਹੈਗਾ ਜਿਨ੍ਹਾਂ ਨੇ ਖਾਦੇ ਨੇ ਆਪਣੇ ਖੇਤਾਂ 'ਚ ਹੁੰਦੇ ਨੇ ਦੇਸੀ ਜਿਹਾ ਫਲ ਆ ਇਹ ਪਮੋਲਾ ਤੇ ਆਪਾਂ ਆਪਾਂ ਖਾਣੇ ਆਂ ਪਮੋਲੇ ਤੇ ਇਹਨਾਂ ਦਾ ਟੇਸਟ ਦੇਖਦੇ ਆਂਗੇ ਆਹ ਦੇਖੋ ਜੇ ਪਮੋਲੇ ਛੋਟੇ ਛੋਟੇ ਜੇ ਤੇ ਦੇਖੋ ਬਾਲੇ ਸਵਾਲ ਹੁੰਦੇ ਨੇ ਖਾਨ ਜੀ ਖੱਟਾ ਮਿੱਠਾਇਆ ਸਵਾਲ ਹੁੰਦਾ ਈ ਇਹਨਾਂ ਦਾ ਖੱਟੇ ਜੇ ਵੀ ਖੱਟਾ ਮਿੱਠਾਇਆ ਸਵਾਲ ਹੁੰਦਾ ਕਿ ਖੱਟੇ ਜੇ ਵੀ ਹੁੰਦੇ ਨੇ ਵਿੱਚੋਂ ਮਿੱਠੇ ਜੇ ਕਿ ਛੋਟਾ ਜਿਹਾ ਹੁੰਦਾ ਗਰਾਲ ਮਿਲਮਾਇਆ ਸਵਾਲ ਹੁੰਦਾ ਪਰ ਹੁੰਦੇ ਬੜੇ ਘੈਂਟ ਨੇ ਇਹ ਤੇ ਜੇ ਕਿਸੇ ਦੇ ਖੇਤ ਖੂਚੇ ਜਾਂਦੇ ਹੁੰਨੇ ਹੋ ਜੇ ਤੁਸੀਂ ਖੇਤ ਆਉਣੇ ਹੁੰਨੇ ਖਾ ਕੇ ਦੇਖਿਆ ਕਰੋ ਬਾਲੇ ਘੈਂਟ ਉਹ ਦੂਜਾ ਕੁੱਤਾ ਵਗ ਗਿਆ ਈ ਲਵੇ ਚਿੱਟਾ ਆ ਇਹ ਇਹਦੇ ਲੈ ਬੈਠਿਆ ਨੇ ਆਪ ਦੋਨਾਂ ਦੇ ਪਯਾ ਤੇ ਵੀ ਇਹ ਜਾਂਦਾ ਹੈਗਾ ਆਰਮੀ ਨੇ ਵੀ ਬੱਦ ਦਾ ਫਾਸਤ ਕਰ ਦਿਆ ਨੇ ਆਰਦੀ ਚੀਜ਼ਾਂ ਨੂੰ ਹੀ ਦੇਖੋ ਰੋਲਾ ਪਾਉਣ ਲੱਗ ਰਹੇ ਨੇ ਉਹਦੇ ਲਵੇ ਬੈਗੀਆਂ ਦੇਖੋ ਜਾ ਕੇ ਆ ਫਿਰਦਾ ਹੈਗਾ ਕਾਲਾ ਕੁੱਤਾ ਫੇਰ ਆ ਗਿਆ ਉਹ ਬਈ ਠੁੰਗੋ ਦੇ ਫੇਰ ਆ ਗਿਆ ਕਾਲਾ ਇਹ ਕੁੱਤਾ ਲਵੀ ਇਹਨਾਂ ਦੇ ਇਹ ਦੇਖੋ ਹਾਏ ਲਵੇ ਲਵੇ ਭੱਜੀ ਜਾਂਦੀ ਨੇ ਉਹਦੇ ਆ ਵੀ ਢੱਕਰ ਤਾਲਾ ਭਈ ਇੱਕ ਵੀ ਕੁੱਤਾ ਨਹੀਂ ਲਵੇ ਲੱਗਣ ਦਿੱਤਾ ਤਿੰਨ ਕੋਸ਼ਿਸ਼ਾਂ ਹੋ ਗਈਆਂ ਮੇਰੇ ਹੁੰਦੇ ਹੁੰਦੇ ਕੁੱਤੇ ਦੀਆਂ ਹੀ ਕੁੱਤੇ ਆਪਦੇ ਮਨਸੂਬਿਆਂ ਚ ਕਾਮਯਾਬ ਨਹੀਂ ਹੋ ਸਕੇਗੇ ਨਵਾਂ ਫਲ ਜੂਨ ਦਿਖਾਉਣੇ ਮੂਫਲੀ ਕਹਿੰਦੇ ਜਿਹਨੂੰ ਆਪਾਂ ਮੂਫਲੀ ਦਾ ਬੂਟਾ ਤੇ ਆ ਦੇਖੋ ਹੀ ਆਹਾਗਾ ਆ ਦੇਖੋ ਇਹ ਮੂਫਲੀ ਦਾ ਬੂਟਾ ਹੈ ਇਹਨਾਂ ਦੇ ਫਲ ਵੀ ਚੱਕਿਆ ਹੋਇਆ ਜਿਹੜਾ ਪੀਲਾ ਪੀਲਾ ਫੁੱਲ ਆਗਾ ਉਹ ਉੱਥੇ ਲੱਗੀ ਹੋਈ ਖਾਸੇ ਲੱਗੇ ਹੋਏ ਨੇ ਇਹ ਆਪਣੇ ਉਰੇ ਆਹ ਦੇਖੋ ਜੀ ਆਪਾਂ ਨੇ ਖੇਤ ਤੇ ਇਹ ਲਾਇਨੇ ਇਦਕੀ ਆਹ ਦੇਖੋ ਆਹ ਫਲ ਇਹ ਪੀਲਾ ਪੀਲਾ ਫੁੱਲ ਇਹਨਾਂ ਦੇ ਫਲ ਚੱਕ ਰਖਿਆ ਹੀ ਇਹਨਾਂ ਨੇ ਤੇ ਗੰਡੇ ਵੀ ਨੇਗੇ ਤੇ ਗੰਡੇ ਆਪਾਂ ਨਾਲ ਖਾਣੇ ਇੱਕ ਨਾ ਦਾ ਉਰੇ ਦੇਖਦੇ ਇਹਨਾਂ ਦਾ ਸਵਾਦ ਨਾਲੇ ਆਪਾਂ ਪੱਟ ਕੇ ਘਰੇ ਲੈ ਕੇ ਚੱਲਦੇ ਆਂਗੇ ਨਾਲੇ ਆਪਾਂ ਪੱਟ ਕੇ ਲੈ ਕੇ ਚੱਲਾਂਗੇ ਘਰੇ ਛੋਟਾ ਹੈਗਾ ਚਲ ਆਪਾਂ ਖਾ ਕੇ ਦੇਖਦੇ ਆਂ ਇਹੇ ਗੰਡਾ ਖਾਨੇ ਹੀ ਆਪਾਂ ਇਹਦਾ ਟੇਸਟ ਦੇਖਣਾ ਮਿੱਠਾ ਹੈ ਖੱਟਾ ਕਿਵੇਂ ਹੋਊਗਾ ਸਵਾਦ ਆਈ ਥੋੜਾ ਕੜੱਤਨ ਤੇ ਆ ਬਾਰੇ ਥੋੜਾ ਜਿਆਦੀ ਕੜੱਤਨ ਤੇ ਥੋੜਾ ਜਿਆ ਨਾ ਖਾਨੇ ਇੱਕ ਨਾ ਖਾ ਕੇ ਦੇਖਦੇ ਦੀ ਕਿ ਇਹਨਾਂ ਦਾ ਸਾਰੇ ਪੱਕਰੇ ਲੈ ਕੇ ਚਲਦੇ ਨਾਲੇ ਫਿਰ ਘਰੇ ਬਣਾਵਾਂਗੇ ਇਹਨਾਂ ਦੀ ਚਟਨੀ ਤੇ ਪੱਟਦੇ ਆਪਾਂ ਗੰਡੇ ਹੀ ਹੁਣ ਉੱਕਾਲੇ ਗੰਡੇ ਨਹੀਂ ਬਣਾਵਾਂਗੇ ਅੱਜ ਆਪਾਂ ਚਟਨੀ ਤੇ ਘਰੇ ਲੈ ਕੇ ਚਲਦੇ ਆਂਗੇ ਇਹਨਾਂ ਨੂੰ ਪੱਟ ਕੇ ਆਪਾਂ ਨੇ ਗੰਡੇ ਪੱਟ ਲਏ ਤੇ ਆਪਾਂ ਲੈ ਕੇ ਚਲਦੇ ਆ ਘਰੇ ਤੇ ਉਹਨਾਂ ਦੀ ਚਟਨੀ ਘੁੱਟਾਂਗੇ ਤੇ ਈ ਮੈਂ ਸਾਰਿਆਂ ਨੂੰ ਇਹੀ ਕਹਿਣਾ ਚਾਹਣਾਗਾ ਕਿ ਆਪਦੇ ਆਪਦੇ ਖੇਤਾਂ 'ਚ ਸਬਜ਼ੀਆਂ ਹੋਰ ਫਲ ਵਾਲੇ ਬੂਟੇ ਜ਼ਰੂਰ ਲਾਓ ਈ ਕਿਉਂ ਹੈਲਦੀ ਹੁੰਦੇ ਨੇ ਵਧੀਆ ਖਾਣ ਵਾਸਤੇ ਹੀ ਵਧੀਆ ਹੁੰਦੇ ਨੇ ਰਹਿਣ ਸਪਰੇਹਾਂ ਤੋਂ ਰਹਿਤ ਬਣਾਓ ਈ ਤੇ ਆਪਣੇ ਜਿਹੜੇ ਦਰਖਤ ਨੇ ਦਰਖਤ ਨਾ ਕਟੋ ਕਿਉਂ ਆਕਸੀਜਨ ਦੀ ਹੁਣ ਬਹੁਤ ਘਾਟ ਹੋ ਰਹੀ ਹੈਗੀ ਤੇ ਉਹ ਵੀ ਵਧੀਆ ਹੁੰਦੇ ਨੇ ਸਿਹਤ ਵਾਸਤੇ ਕਹਿੰਦੇ ਹੁੰਦੇ ਨੇ ਇੱਕ ਰੁੱਖ 100 ਸੁੱਖ ਕੀ ਰੁੱਖ ਜ਼ਰੂਰ ਲਾਓ ਜੀ ਰੁੱਖਾਂ ਨਾਲ ਹੀ ਆਪਾਂ ਵੀ ਸਾਰੇ ਤੇ ਨਾਲੇ ਠੰਡੀਆਂ ਛਾਵਾਂ ਦਿੰਦੇ ਨੇ ਆਪਾਂ ਨੂੰ ਗਰਮੀ ਵਿੱਚ ਬੈਠਣ ਵਾਸਤੇ ਵਧੀਆ ਹਵਾ ਚੱਲਦੀ ਇਹਨਾਂ ਨਾਲ ਹੀ ਤੇ ਰੁੱਖ ਜ਼ਰੂਰ ਲਾਓ ਜੀ ਤੇ ਆਪਾਂ ਇੱਥੇ ਕਰਦੇ ਆ ਬਲੌਗ ਦਾ ਐਂਡੀ ਤੇ ਇੱਥੇ ਤੱਕ ਬਲੌਗ ਦੇਖਣ ਦਾ ਦੇਖਣ ਵਾਸਤੇ ਸਾਰਿਆਂ ਦਾ ਧੰਨਵਾਦੀ ਤੇ ਆਪਾਂ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਹੀ ਤੇ ਸੋਡੇ ਰਾਮ ਸਿੱਧੂ ਵੱਲੋਂ ਪਿਆਰਪ੍ਰੀ ਸਤਿ ਸ੍ਰੀ ਅਕਾਲ ਜੀ